ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਨਿਰਮਲ ਸਿੰਘ ਔਲਖ, ਸ਼ੇਰਪੁਰ ਜ਼ਿਲ੍ਹਾ ਸੰਗਰੂਰ ਤੋਂ, ਤੁਹਾਡੇ ਨਾਲ ਸਾਡਾ ਪਹਿਲਾਂ ਵੀ ਫੇਸਬੁੱਕ ਦੇ ਜ਼ਰੀਏ, ਨੈੱਟ ਦੇ ਜ਼ਰੀਏ ਸੰਬੰਧ ਰਹਿੰਦਾ ਹੈ। ਸਾਡਾ ਸ਼ੌਕ ਹੈ ਕਿ ਪੰਜਾਬ ਦੇ ਵਿੱਚ ਬਿਮਾਰੀਆਂ ਦੇਸੀ ਜੜੀਆਂ ਬੂਟੀਆਂ ਨਾਲ ਹੀ ਖਤਮ ਕੀਤੀਆਂ ਜਾਣ, ਔਰ ਸਾਡਾ ਫੇਸਬੁੱਕ ਦੇ ਉੱਪਰ ਪੇਜ ਵੀ ਬਣਿਆ ਹੋਇਆ ਨਿਰਮਲ ਸਿੰਘ ਔਲਖ, ਜਾਂ ਸਾਡਾ ਨੰਬਰ ਨੋਟ ਕਰ ਲਓ 9851533798, ਇਹ 'ਤੇ ਵਟਸਐਪ ਵੀ ਚੱਲਦਾ। ਤੁਹਾਨੂੰ ਕੋਈ ਬਿਮਾਰੀ ਹੈ, ਤੁਸੀਂ ਉਹਦੇ ਸੰਬੰਧ ਸਾਡੇ ਨਾਲ ਰਾਬਤਾ ਪੈਦਾ ਕਰ ਸਕਦੇ ਹੋ। ਦੇਸੀ ਦਵਾਈਆਂ ਤੁਹਾਨੂੰ ਅਕਸਰ ਅਸੀਂ ਦੱਸਦੇ ਰਹਿੰਦੇ ਹਾਂ, ਸਾਡੇ ਪੇਜ 'ਤੇ ਵੀ ਪੇਜ ਲਾਈਕ ਕਰਕੇ ਪਤਾ ਕਰ ਸਕਦੇ ਹੋ। ਇੱਕ ਅੱਜ ਕੱਲ੍ਹ ਕੰਪਿਊਟਰ ਯੁੱਗ ਹੈ, ਮੋਬਾਈਲ ਜ਼ਿੰਦਗੀ ਹੈ, ਬੰਦਾ ਬਹੁਤ ਬਿਜ਼ੀ ਰਹਿੰਦਾ, ਸਾਰੀ ਦਿਹਾੜੀ ਕੰਮ ਕਰਕੇ ਥੱਕ ਕੇ ਆ ਕੇ ਡਿੱਗਦਾ ਹੈ, ਬੰਦੇ ਨੂੰ ਥਕਾਵਟ ਬਹੁਤ ਹੁੰਦੀ ਹੈ। ਤੁਹਾਡੇ ਸਰੀਰ ਨੂੰ ਜੇ ਥਕਾਵਟ ਹੈ, ਯਾਦਾਸ਼ਤ ਘੱਟ ਹੈ, ਕਈ ਵਾਰ ਆਪਾਂ ਚਾਬੀ ਧਰ ਕੇ ਭੁੱਲ ਗਏ ਵੀ ਚਾਬੀ ਕਿੱਥੇ ਪਈ ਹੈ, ਚਾਬੀ ਕਿੱਥੇ ਪਈ ਹੈ, ਚਾਬੀ ਨਹੀਂ ਲੱਭਦੀ ਹੁੰਦੀ, ਇਹ ਬਿਮਾਰੀ ਦਾ ਮੈਂ ਤੁਹਾਡੇ ਨਾਲ ਸਾਂਝੀ ਨਹੀਂ ਕਰਨ ਲੱਗਾ। ਤੁਸੀਂ ਆਪਣੇ ਘਰੇ ਦਵਾਈ ਬਣਾਉਣੀ ਹੈ ਇਹ, ਤੁਸੀਂ ਮੁਰੱਬੇ ਲੈ ਲਓ, ਇੱਕ ਤਾਂ ਲਓ ਜੀ ਬਿੱਲ ਦਾ ਮੁਰੱਬਾ, ਸੇਬ ਦਾ ਮੁਰੱਬਾ, ਔਲੇ ਦਾ ਮੁਰੱਬਾ, ਹਰੜ ਦਾ ਮੁਰੱਬਾ, ਬੀਹ ਦਾ ਮੁਰੱਬਾ, 200 ਗ੍ਰਾਮ ਇਹ ਲੈ ਲਓ, 200 ਗ੍ਰਾਮ ਵਿੱਚ ਇਹਦੇ ਗੁਲਕੰਦ ਪਾ ਲਓ। ਇਹਨਾਂ ਮੁਰੱਬਿਆਂ ਦੇ ਬੀਜ ਕੱਢ ਕੇ ਇਹਨੂੰ ਜਾਂ ਤਾਂ ਕੁੱਟ ਲਓ ਜਾਂ ਮਿਕਸੀ ਦੇ ਵਿੱਚ ਚਟਣੀ ਜੀ ਬਣਾ ਲਓ, ਇਹ ਚਮਨਪ੍ਰਾਸ਼ ਜੇ ਵਾਂਗੂ ਬਣ ਜਾਓ। ਇਹਦੇ ਵਿੱਚ ਇਸ ਚਟਣੀ ਵਰਗੇ ਬਣੇ ਹੋਏ ਸਮਾਨ ਦੇ ਵਿੱਚ 15 ਵਰਕ ਚਾਂਦੀ ਦੇ ਪਾ ਲਓ, 5 ਵਰਕ ਸੋਨੇ ਦੇ ਪਾ ਲਓ, 1 ਤੋਲਾ ਮੋਤੀ ਪਿਸ਼ਟੀ ਪਾ ਲਓ ਉਹਦੇ ਵਿੱਚ, ਇਹਨੂੰ ਰਲਾ ਲਓ ਚੰਗੀ ਤਰ੍ਹਾਂ। ਰਲਾ ਕੇ ਸਵੇਰੇ ਸ਼ਾਮ ਦੁੱਧ ਦੇ ਨਾਲ ਰੋਟੀ ਤੋਂ ਮਗਰੋਂ 1 ਚਮਚਾ ਲਓ, ਸ਼ਾਮ ਨੂੰ 1 ਸਵੇਰੇ, ਸਰੀਰ ਤੁਹਾਡਾ ਤਰੋਤਾਜ਼ਾ, ਥਕਾਵਟ ਦੂਰ, ਔਰ ਦਿਮਾਗ ਤੁਹਾਡਾ ਤੇਜ਼ ਰਹੂ, ਯਾਦਾਸ਼ਤ ਤੁਹਾਡੀ ਪੂਰੀ ਤਕੜੀ ਹੋਜੂ। ਬੇਸ਼ੱਕ ਤੁਹਾਡੀ ਉਮਰ 60 ਸਾਲ ਦੀ ਹੈ, ਪਰ ਫਿਰ ਵੀ ਤੁਸੀਂ ਇਹ ਮਹਿਸੂਸ ਕਰੋਗੇ ਜਿਵੇਂ ਮੇਰੀ ਉਮਰ 24 ਸਾਲ ਦੀ ਹੁੰਦੀ ਹੈ। ਇਸ ਤਰ੍ਹਾਂ ਦੀ ਇਹ ਤੁਹਾਡੇ ਨਾਲ ਜੇ ਨੁਕਤਾ ਸਾਂਝਾ ਕਰਿਆ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ।